Suara pemerintah ke Herma. ਦੱਸ ਦਈਏ ਕਿ ਕੋਈ ਹਜੇ ਨਵਾਂ ਵਿਆਹਿਆ ਸੀ, ਕਿਸੇ ਦੇ ਛੋਟੇ ਬੱਚੇ ਸੀ, ਕੋਈ ਇਕੱਲਾ ਸੀ ਘਰ ਦੇ ਵਿੱਚ, ਬੇਟਾ ਇਕੱਲਾ ਰਹਿ ਗਿਆ ਤੇ ਪਿਤਾ ਦਾ ਸਿਰ ਤੋਂ ਸਾਇਆ ਉੱਠ ਗਿਆ, ਕੋਈ ਹਜੇ ਸੁਪਨਿਆਂ ਦਾ ਘਰ ਬਣਾ ਰਿਹਾ ਸੀ ਤੇ ਇਸ ਦੁਨੀਆ ਦੇ ਉੱਤੋਂ ਚਲਾ ਗਿਆ। ਪਿੰਡ ਦੇ ਹਾਲਾਤ ਇਸ ਤਰ੍ਹਾਂ ਨੇ ਕਿ ਕੱਲ ਤੋਂ ਪਿੰਡ ਦੇ ਵਿੱਚ ਚੁੱਲ੍ਹਾ ਨਹੀਂ ਬਲਿਆ। ਤੁਹਾਨੂੰ ਹਾਲਾਤ ਦਿਖਾ ਦਿੰਨੇ ਆ ਕਿ ਪਿੰਡ ਦੇ ਬਹੁਤ ਸਾਰੇ ਘਰਾਂ ਦੇ ਵਿੱਚ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਘਰਾਂ ਦੇ ਵਿੱਚ ਚੁੱਲ੍ਹੇ ਨਹੀਂ ਬਲੇ ਔਰ ਸੋਗ ਦੀ ਲਹਿਰ ਜਿਹੜੀ ਆ ਉਹ ਪਿੰਡ ਦੇ ਵਿੱਚ ਹੈ। ਜੇਕਰ ਗੱਲ ਕਰੀਏ ਤਾਂ ਪਿੰਡ ਮਰਾੜ ਕਲਾਂ ਦੇ ਇਕੱਲੇ ਦੇ 5 ਵਿਅਕਤੀਆਂ ਦੀ ਜਿਹੜੀ ਹੈ ਉਹ ਮੌਤ ਹੋਈ ਹੈ ਤੇ 8 ਦੇ ਕਰੀਬ ਅਜੇ ਜ਼ਖਮੀ ਨੇ। ਬੇਸ਼ੱਕ ਕਿ ਸੜਕ ਹਾਦਸਾ ਹੋਰਾਂ ਲਈ ਇੱਕ ਸੜਕ ਹਾਦਸਾ ਹੋਏਗਾ, ਪਰ ਇਹਨਾਂ ਪਰਿਵਾਰਾਂ ਲਈ ਇੱਕ ਵੱਡਾ ਦਰਦ ਦੇ ਗਿਆ। ਜਿੱਥੇ ਪਰਿਵਾਰ ਵਾਲੇ ਸਰਕਾਰ ਤੋਂ ਮਦਦ ਦੀ ਉਮੀਦ ਕਰਦੇ ਨੇ, ਉੱਥੇ ਹੀ ਪਿੰਡ ਵਾਸੀ ਵੀ ਇਹ ਮੰਗ ਕਰ ਰਹੇ ਨੇ, ਕਿਉਂਕਿ ਆਮ ਘਰਾਂ ਦੇ ਲੋਕ ਸੀ ਜਿਹੜੇ ਕਿ ਬਾਗੇ ਪੁਰਾਣੇ ਦੇ ਨੇੜੇ ਇੱਕ ਧਾਰਮਿਕ ਸਥਾਨ ਤੋਂ ਵਾਪਸ ਪਰਤ ਰਹੇ ਸੀ ਤੇ ਹਾਦਸਾ ਵਾਪਰਦਾ। ਘਰਾਂ ਦੇ ਨਾਲ ਨਾਲ ਪਿੰਡ ਵਾਸੀ ਵੀ ਇਹ ਉਮੀਦ ਕਰਦੇ ਨੇ ਕਿ ਸਰਕਾਰ ਇਹਨਾਂ ਪਰਿਵਾਰਾਂ ਦੀ ਬਾਂਹ ਫੜੇ ਤੇ ਇਹਨਾਂ ਦੀ ਕੋਈ ਮਦਦ ਕਰੇ। ਹਾਦਸੇ ਦੇ ਵਿੱਚ ਜੋ ਵਾਪਰਨਾ ਸੀ ਉਹ ਘਟਨਾ ਵਾਪਰ ਚੁੱਕੀ ਆ, ਪਰ ਮਗਰੋਂ ਇਹਨਾਂ ਪਰਿਵਾਰਾਂ ਨੂੰ ਮੁਆਵਜ਼ਾ ਦੇ ਕੇ ਜਾਂ ਹੋਰ ਮਦਦ ਕਰਕੇ ਇਹਨਾਂ ਦੀ ਬਾਂਹ ਫੜੀ ਜਾਵੇ। ਸਰਕਾਰ ਦੇ ਨੁਮਾਇੰਦੇ ਬੇਸ਼ੱਕ ਇੱਥੇ ਪਹੁੰਚ ਰਹੇ ਨੇ, ਬੇਸ਼ੱਕ ਵਿਰੋਧੀ ਧਿਰਾਂ ਦੇ ਨੁਮਾਇੰਦੇ ਇੱਥੇ ਪਹੁੰਚ ਰਹੇ ਨੇ, ਪਰ ਪਿੰਡ ਵਾਲਿਆਂ ਨੇ ਆਸ ਲਗਾਈ ਹੋਈ ਹੈ ਇਹਨਾਂ 5 ਪਰਿਵਾਰਾਂ ਦੀ ਬਾਂਹ ਸਰਕਾਰ ਜ਼ਰੂਰ ਫੜੇਗੀ ਤੇ ਇਹਨਾਂ ਦੀ ਕੋਈ ਨਾ ਕੋਈ ਮਦਦ ਕਰੇਗੀ। ਫਿਲਹਾਲ ਪਿੰਡ ਦੇ ਵਿੱਚ ਅੱਜ ਜਦੋਂ ਇਹਨਾਂ 5 ਦਾ ਸੰਸਕਾਰ ਹੈ ਤਾਂ ਸੋਗ ਦੀ ਲਹਿਰ ਜਿਹੜੀ ਆ ਉਹ ਫੈਲੀ ਹੋਈ ਆ ਔਰ ਪਿੰਡ ਦੇ ਬਹੁਤੇ ਘਰਾਂ ਦੇ ਵਿੱਚ ਚੁੱਲ੍ਹੇ ਤੱਕ ਨਹੀਂ ਬਲੇ ਔਰ ਇੱਕ ਸੋਗ ਦੀ ਲਹਿਰ ਜਿਹੜੀ ਆ ਉਹ ਪੂਰੇ ਪਿੰਡ ਦੇ ਵਿੱਚ ਦੌੜ ਗਈ ਹੈ। ਮੇਰਾ ਨਾਮ ਹਰਪ੍ਰੀਤ ਆ, ਮੇਰਾ ਬ੍ਰਦਰ ਸੀ ਦੀਪਕ ਕੁਮਾਰ ਜਿਹੜਾ ਵੀਰਵਾਰ ਨੂੰ ਸੰਗਤ ਲੈ ਕੇ ਗਿਆ, ਕਦੇ ਵਾਪਸ ਨਹੀਂ ਨਿੱਕੇ ਨਿੱਕੇ ਬੱਚੇ ਆ, ਨਿੱਕੀ ਘਰ ਵਾਲੀ, ਨਿੱਕੀ ਨਿੱਕੀ ਉਮਰ ਚ ਹੋਏ ਵਿਧਵਾ, ਸਾਡੇ ਕੋਲ ਇੰਨੀ ਗੁੰਜਾਇਸ਼, ਉਹ ਹੀ ਪਾਲਦਾ ਸੀ ਆਪਦੇ ਬੱਚਿਆਂ ਨੂੰ। ਸਾਡੇ ਬੱਚੇ ਆ ਨਿੱਕੇ ਨਿੱਕੇ, ਇੱਕ 2 ਸਾਲ ਦਾ, ਇੱਕ 3 ਸਾਲ ਦਾ, ਗੁੜੀਆ 5 ਸਾਲ ਦੀ ਆ, ਸਾਡੇ ਤੋਂ ਨਹੀਂ ਸਾਂਭੇ ਜਾਂਦੇ। ਜਿੰਨੀ ਮਦਦ ਹੋ ਸਕੇ ਸਾਨੂੰ ਕਰੋ, ਅਸੀਂ ਕੀ ਮੰਗਦੇ। ਘਟਨਾ ਜੀ, ਅੱਗੋਂ ਟਰੱਕ ਆ ਰਿਹਾ ਸੀ ਤੇ ਇਹਨਾਂ ਨੇ ਟਰੱਕ ਬਾਹਲਾ ਡਿੱਗੇ ਖਾਂਦਾ ਤੇ ਇਹਨਾਂ ਨੇ ਇੱਕ ਟਰੱਕ ਨੂੰ ਵੇਖਿਆ, ਹੱਥੀ ਸਾਈਡ ਤੇ ਰੋਕ ਲਿਆ ਜੀ, ਕੱਚੇ ਲਾ ਲਿਆ ਜੀ ਤੇ ਬਸ ਉਹ ਜਦੋਂ ਟਰੱਕ ਨੇੜਿਆ ਤੇ ਇਹਨਾਂ ਨੇ ਟਰੱਕ ਨੇ ਉਤਰਨ ਦਾ ਮੌਕਾ ਨਹੀਂ ਦਿੱਤਾ ਜੀ। ਜੋ ਵਿੱਚ ਆ ਕੇ ਪਹਿਲਾਂ ਅੱਗੇ ਵੱਜਿਆ ਜੀ, ਫਿਰ ਬਾਡੀ ਦੇ ਨਾਲ ਟਕਰਾਇਆ ਤੇ ਬਾਡੀ ਟੁੱਟ ਕੇ ਪਾਸੇ ਟੁੱਟ ਕੇ ਡਿੱਗ ਗਈ ਜੀ, ਵਿੱਚੇ ਸੀ ਸਾਰੇ ਜੀ ਤੇ ਉਹ ਇੱਕ ਦੀ ਤਾਂ ਥੱਥ ਹੋ ਗਈ ਥਾਂ ਤੇ ਜੀ, ਤੇ ਬਾਕੀ ਪਹਿਲਾਂ ਸਾਰੇ ਜ਼ਖਮੀ ਸੀਗੇ ਜੀ, ਫਿਰ 3-4 ਜਣਿਆਂ ਦੀ ਹੋਰ ਮੌਤ ਹੋ ਗਈ, ਇੱਕ ਦੀ ਮੰਮੀ ਹੋ ਗਈ। ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ, ਕਿੰਨੇ ਭੈਣ ਭਰਾ ਹੈ? ਅਸੀਂ 2 ਭਰਾ ਜੀ ਬਸ। ਕੀ ਕੰਮ? ਕਬਾੜ ਦਾ ਕੰਮ ਕਰਦੇ ਹਾਂ। ਸਰਕਾਰ ਤੋਂ ਕੀ ਮਦਦ?
ਬਸ ਕਾ ਤੇ ਮੈਂ ਜਿਹੜੇ ਜ਼ਖਮੀ ਉਹਨਾਂ ਦੀ ਮਦਦ ਕੀਤੀ ਜਾਵੇ, ਬਾਕੀ ਹੋਰ ਬੰਦੀ ਘਟਨਾ ਜੀ ਆਪਣੇ ਪੀਰ ਨਿਗਾਹੀ ਤੋਂ ਆ ਰਹੇ ਸੀਗੇ ਜੀ ਉੱਥੋਂ, ਅਤੇ ਉਹ ਰਾਹ ਦੇ ਵਿੱਚ ਟਰੱਕ ਨਾਲ ਐਕਸੀਡੈਂਟ ਹੋਇਆ ਜੀ। ਮੇਰਾ ਭਰਾ ਅਤੇ ਭਰਜਾਈ ਅਤੇ ਦੋ ਬੱਚੇ ਉਹਨਾਂ ਦੀ, ਉਹ ਇਸ ਟਾਈਮ ਜ਼ਖਮੀ ਫਰੀਦਕੋਟ ਹਸਪਤਾਲ ਦੇ ਵਿੱਚ ਪਏ ਆ ਜੀ। ਕੋਈ ਉਹਨਾਂ ਨਾਲ ਗੱਲ ਹੋਈ, ਦੱਸਿਆ ਉਹਨਾਂ ਨੇ ਕਿਉਂ ਕਿਵੇਂ ਹੋਇਆ ਜਾਂ ਕਿਸ ਤਰ੍ਹਾਂ ਸਾਰੀ ਉਹ ਘਟਨਾ ਦੱਸੀ ਹੋਣੀ, ਕੁਛ ਇਸ ਤਰ੍ਹਾਂ ਦੀ ਗੱਲ ਹੋਈ ਤੁਹਾਡੀ ਉਹਨਾਂ ਨਾਲ? ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਹੁਣ ਮੈਂ ਗਿਆ ਸੀਗਾ ਜੀ ਉੱਥੇ, ਹੁਣੇ ਉੱਥੇ ਹੀ ਆਇਆ ਮੈਂ ਜੀ। ਅਤੇ ਉਹ ਕਹਿੰਦੇ ਸੀਗੇ ਵੀ ਅਸੀਂ ਆਪਦੀ ਸਾਈਡ ਆਈ ਜਾਂਦੇ ਸੀ ਉੱਧਰੋਂ ਜੀ, ਅਤੇ ਟਰੱਕ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਗੋਂ ਬੇਕਾਬੂ ਹੋ ਕੇ ਆਇਆ ਜੀ, ਆਈ ਜਾਂਦਾ, ਉਹ ਆਪਦੀ ਸਾਈਡ ਰੁਕ ਗਏ ਸੀਗੇ ਜੀ, ਅਤੇ ਬਸ ਉਹ ਟਰੱਕ ਆ ਕੇ ਸਿੱਧਾ ਉੱਤੇ ਹੀ ਡਿੱਗ ਪਿਆ ਇਹਨਾਂ ਦਾ। ਹਾਲਤ ਤਾਂ ਬਹੁਤ ਮੰਦੀ ਆ ਜੀ ਉਹਨਾਂ ਦੀ। ਮੰਗ ਤਾਂ ਆਪਣੀ ਇਹੀ ਹੈ ਸਰਕਾਰ ਅੱਗੇ ਵੀ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਜੀ, ਚਾਰੇ ਪਰਿਵਾਰ ਇੱਕੋ ਹੀ ਪਰਿਵਾਰ ਆ ਜੀ। ਹਾਂਜੀ ਮੇਰਾ ਭਰਾ ਤੇ ਹਾਂਜੀ ਦੋ ਬੱਚੇ ਆ ਜੀ। ਨਹੀਂ ਹਰ ਵਾਰੀ ਬਹੁਤ ਵੀਰਵਾਰ ਹੋ ਗਏ ਜਾਂਦਿਆਂ ਨੂੰ ਉਹਨਾਂ ਨੂੰ ਜੀ, ਹਰ ਵਾਰੀ ਇਸੇ ਹਾਥੀ ਤੇ ਜਾਂਦੇ ਸੀਗੇ। ਸਰਕਾਰ ਤੋਂ ਇਹੀ ਮੰਗ ਕਰਦੇ ਆ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਕੋਈ ਥੋੜੀ ਘਣੀ ਸਹਾਇਤਾ ਕੀਤੀ ਜਾਵੇ ਉਹਦੀ।